पिता दी अखां मूरे 17 सालां दी कुड़ी दा अपहरण हो गया है। जी हाँ, किडनैप हो गया है 17 सालां दी कुड़ी दा। घरों स्कूल जाण लई निकली सी कुड़ी तां राह दे विच चिट्टे रंग दी स्कॉर्पियो च किडनैपर आउंदे ने ते कुड़ी नूं अगवा करके लै जांदे ने। तां वड्डी खबर है, कुड़ी दे पिता ने पूरी बचाउण दी कोशिश कीती पर पिता दे हाथ ते किडनैपरां ने तलवार मारी, गड्डी दा शीशा भन्निया ते कुड़ी नूं चिट्टे रंग दी स्कॉर्पियो दे विच बिठा के लै गए। ਤਾਂ ਕਿਡਨੈਪਰ ਪੂਰੀ ਤਿਆਰੀ ਦੇ ਨਾਲ ਆਏ ਸੀ। ਜ਼ਖਮੀ ਹੋਇਆ 17 ਸਾਲਾਂ ਦੀ ਕੁੜੀ ਦਾ ਪਿਤਾ। ਪਿਤਾ ਦੀਆਂ ਅੱਖਾਂ ਮੂਰੇ ਹੀ ਕੁੜੀ ਨੂੰ ਗੱਡੀ ਦੇ ਵਿੱਚ ਕਿਡਨੈਪ ਕਰਕੇ ਲੈ ਗਏ ਨੇ। ਲੁਟੇਰੇ ਦੱਸਦੀਏ ਕਿ ਤਸਵੀਰਾਂ ਦੇ ਵਿੱਚ ਇੱਕ ਹੇਅਰ ਡਰੈਸਰ ਦੀ ਦੁਕਾਨ ਦਿਖ ਰਹੀ ਹੋਵੇਗੀ। ਇਸੇ ਹੇਅਰ ਡਰੈਸਰ ਦੀ ਦੁਕਾਨ 'ਤੇ ਆਉਂਦਾ ਸੀ ਕਿਡਨੈਪਰ। ਪਿਤਾ ਨੇ ਕਿਡਨੈਪਰ ਦਾ ਨਾਮ ਵੀ ਦੱਸਿਆ ਹੈ, ਅਲੀ ਨਾਮ ਦੱਸਿਆ ਜਾ ਰਿਹਾ ਕਿਡਨੈਪਰ ਦਾ, ਜੋ ਕਿ ਇਸ ਦੁਕਾਨ ਦੇ ਵਿੱਚ ਆਉਂਦਾ ਸੀ। ਤਾਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ, ਯਮੁਨਾਨਗਰ ਤੋਂ ਸਾਹਮਣੇ ਆ ਰਹੀਆਂ ਨੇ, ਜਿੱਥੇ ਦਿਨ ਦਿਹਾੜੇ ਥਾਪਰ ਗਰਾਊਂਡ ਦੇ ਕੋਲ 17 ਸਾਲ ਦੀ ਸਕੂਲੀ ਕੁੜੀ ਦਾ, ਜੋ ਕਿ ਆਪਣੇ ਸਕੂਲ ਜਾ ਰਹੀ ਸੀ, ਉਸ ਦਾ ਕਿਡਨੈਪ ਹੋ ਗਿਆ ਹੈ। ਤਾਂ ਪ੍ਰਾਈਵੇਟ ਸਕੂਲ ਦੇ ਵਿੱਚ ਪੜ੍ਹਦੀ ਸੀ, ਜਿਸ ਵੇਲੇ ਉਹ ਅੱਜ ਸਕੂਲ ਨਹੀਂ ਪਹੁੰਚੀ। ਘਰੋਂ ਤਾਂ ਨਿਕਲੀ ਸੀ ਸਕੂਲ ਲਈ, ਪਰ ਜਦ ਸਕੂਲ ਨਹੀਂ ਪਹੁੰਚੀ ਤਾਂ ਅਧਿਆਪਕ ਦੇ ਵੱਲੋਂ ਪਿਤਾ ਨੂੰ ਸੂਚਿਤ ਕੀਤਾ ਗਿਆ ਕਿ ਤੁਹਾਡੀ ਕੁੜੀ ਸਕੂਲ ਦੇ ਵਿੱਚ ਨਹੀਂ ਆਈ। ਤਾਂ ਪਿਤਾ ਨੇ ਲੱਭਣ ਦੀ ਕੋਸ਼ਿਸ਼ ਕੀਤੀ ਤਾਂ ਇੱਕ ਚਿੱਟੇ ਰੰਗ ਦੀ ਸਕੋਰਪੀਓ ਦੇ ਵਿੱਚ ਕੁਝ ਬਦਮਾਸ਼ ਕਿਡਨੈਪਰ ਉਸਨੂੰ ਬਿਠਾ ਕੇ ਲੈ ਕੇ ਜਾ ਰਹੇ ਸੀ। ਪਿਤਾ ਨੇ ਪਿੱਛਾ ਕੀਤਾ, ਵਿਰੋਧ ਕੀਤਾ ਕਿਡਨੈਪਰਾਂ ਦੇ ਵੱਲੋਂ, ਪਿਤਾ 'ਤੇ ਹਮਲਾ ਕੀਤਾ ਗਿਆ। ਹੱਥ ਦੇਖ ਸਕਦੇ ਹੋ ਪਿਤਾ ਦਾ, ਇਸੇ ਹੱਥ 'ਤੇ ਤਲਵਾਰ ਵੱਜੀ ਹੈ। ਤਲਵਾਰ ਮਾਰ ਕੇ ਕੁੜੀ ਨੂੰ ਕਿਡਨੈਪ ਕਰਕੇ ਲੈ ਗਏ ਨੇ ਕਿਡਨੈਪਰ। ਤਾਂ ਤਸਵੀਰਾਂ ਯਮੁਨਾਨਗਰ ਤੋਂ, ਆਓ ਪਿਤਾ ਦੇ ਕੋਲੋਂ ਜਾਣਦੇ ਹਾਂ ਕਿ ਮੌਕੇ 'ਤੇ ਕੀ ਹੋਇਆ ਸੀ। ਕਿੱਥੇ ਲੱਗੀ ਚੋਟ? ਬਸ ਸਲੂਨ ਵਾਲੋ ਨੇ ਹੱਥਾਪਾਈ ਕਰੀ ਜੀ। ਬਿਲਕੁਲ। ਕਿਸ ਬਾਤ ਪਰ? ਹੈਂ, ਕਿਸ ਬਾਤ ਪਰ ਹੱਥਾਪਾਈ? ਉਹ ਸੁਬਹਾ ਲੜਕੀ ਛੋੜ ਗਿਆ ਜੀ, ਇਨਕੇ ਯਾਰ ਦੋਸਤ ਹੈ ਜੋ ਉਹ ਲੜਕੀ ਕੋ ਲੇ ਕੇ ਸੁਬਹਾ ਕੇ ਫਰਾਰ ਆਏ ਹਾਂ ਸੇ, ਮੇਰੀ ਲੜਕੀ ਕੋ। ਆਪਕੀ ਲੜਕੀ ਹੈ? ਕਿਆ ਉਮਰ ਹੈ ਆਪਕੀ ਬੇਟੀ? 17 ਸਾਲ ਵੀ ਨਹੀਂ ਹੋਈ ਜੀ ਅਭੀ। ਕਿਆ ਨਾਮ ਹੈ ਉਨਕਾ? ਗਰੀਮਾ ਜੀ। ਕਹਾਂ ਪੜ੍ਹਤੇ ਹੈ? ਇਸ਼ਮੇ ਵਿਵੇਕਾਨੰਦ ਜੀ। ਤੋ ਆਪਕੋ ਕਿਸੀ ਨੇ ਬਤਾਇਆ? ਮੈਡਮ ਨੇ ਫੋਨ ਕਰਿਆ ਸਕੂਲ ਸੇ। ਅੱਛਾ ਜੀ। ਹਾਂ, ਨੁਕਾ ਜੀ ਆਪਕੀ ਲੜਕੀ ਨਹੀਂ ਆਈ, ਤੁਮ ਸੁਬਹਾ ਕੇ ਦੇਖ ਰਹੇ ਥੇ ਸਾਰੇ, ਤੋ ਯਹਾਂ ਸਕਾਰਪੀਓ ਯਹਾਂ ਰੁਕੀ ਉਹ ਆਣ ਕਾ, ਤੋ ਉਸਮੇ ਥੇ ਮੈਂ, ਉਹ ਵੀ ਅੰਦਰ ਸੀ ਲੜਕੀ, ਔਰ ਯਹਾਂ ਤੇ ਸਾਫ ਗਏ। ਜਬ ਮੈਂ ਰੋਕਣੇ ਕੀ ਕੋਸ਼ਿਸ਼ ਕਰੀ ਤੋ ਇਹਨਾਂ ਨੇ ਉਹ ਆਪਣਾ ਉਹ। ਆਪਕੇ ਸਾਥ ਕੋਈ ਹੋਰ ਵੀ ਥਾ ਅਕੇਲੇ? ਮਿਸਿਜ ਹੈ ਮੇਰੀ, ਹੋਰ ਵੀ ਹੈ ਦੋ ਤਿੰਨ ਬੰਦੇ ਹੈ ਹੋਰ। ਆਪ ਕਹਾਂ ਰਹਤੇ ਹੈ ਸਰ? ਹੈ ਜੀ, ਯਹੀਂ ਪਰ ਰਹਤੇ ਹੈ ਜੀ, ਮੋਟਰ ਪੰਪ ਕੇ ਪਾਸ। ਮਾਮਲਾ ਸੰਗਿਆਨ ਮੇਂ ਆਇਆ ਹੈ, 17 ਸਾਲ ਕੀ ਲੜਕੀ ਹੈ, ਸਵਾਮੀ ਵਿਵੇਕਾਨੰਦ ਸਕੂਲ ਮੇਂ ਪੜ੍ਹਤੀ ਹੈ, ਉਸਕੋ ਕੋਈ ਅਲੀ ਨਾਮ ਕਾ ਲੜਕਾ ਹੈ, ਵੋ ਸਕਾਰਪੀਓ ਹੈ ਵਾਈਟ ਕਲਰ ਕੀ ਬਤਾ ਰਹੇ ਹੈ, ਨੰਬਰ ਅਭੀ ਕਨਫਰਮ ਹੁਆ ਨਹੀਂ, ਪਤਾ ਕਰ ਰਹੇ ਹੈ, ਸਿਟੀ ਪੁਲਿਸ ਦੇਖ ਰਹੇ ਹੈ। ਕਿਡਨੈਪ ਕਰਕੇ ਲੈ? ਹਾਂ, ਉਸਕੋ ਲੈ ਕੇ ਗਏ ਹੈ, ਉਸਕੇ ਫਾਦਰ ਕੋ ਲੜਕੀ ਕੇ ਔਰ ਮਦਰ ਕੋ ਵੀ ਬਤਾਇਆ ਰਹੇ ਹੈਂ ਚੋਟ ਮਾਰ ਕੇ। ਤੋ ਸੈਲੂਨ ਕਾ ਕਿਆ ਮਾਮਲਾ ਹੈ? ਸੈਲੂਨ ਮੇਂ ਦੋ ਤਲਵਾਰਾਂ, ਇੱਕ ਤਲਵਾਰ ਮਿਲੀ ਹੈ, ਇੱਕ ਡੰਡਾ ਮਿਲਾ ਹੈ, ਬਤਾ ਰਹੇ ਹੈ ਵੀ ਯਹਾਂ ਉਹ ਲੜਕਾ ਆਤਾ ਹੈ ਉਨਕੇ ਪਾਸ, ਉਹ ਲੜਕੋਂ ਕੋ ਥਾਣੇ ਮੇਂ ਲੈ ਗਏ ਹੈ ਪੁੱਛਤਾਛ ਕੇ ਲੀਏ, ਜੈਸੀ ਤਸਦੀਕ ਕਰੇ ਜਾਏਗਾ ਜੈਸੀ ਕਾਰਵਾਈ ਹੋ। ਸੈਲੂਨ ਵਾਲਾ ਕਾ ਵੀ ਕੋਈ ਹੱਥ ਲੱਗ ਰਿਹਾ ਇਸ ਮੇਂ? ਸ਼ਾਇਦ ਹੋ ਸਕਤਾ ਹੈ, ਤਭੀ ਲੈ ਕੇ ਗਏ ਸਰ। ਗੰਭੀਰ ਚੋਟੇ ਆਈ ਹੈ? ਹਾਂਜੀ ਸਰ, ਗੰਭੀਰ ਚੋਟੇ। ਹਾਂ, ਹੱਥ ਪੇ ਚੋਟ ਲੱਗੀ ਹੈ ਲੜਕੀ ਦੇ ਫਾਦਰ ਕੋ, ਰਾਜੇਸ਼ ਨਾਮ ਹੈ ਉਨਕਾ, ਪ੍ਰਤਾਪਪੁਰੀ ਕੇ ਰਹਿਣੇ ਵਾਲੇ ਹਾਂ ਜੀ।